ਕਰੋਨਾ ਦੀ ਮਹਾਮਾਰੀ ਕਿਵੇਂ ਇਹਨੂੰ ਫੈਲ ਰਹੀ ਹੈ। ਪਹਿਲੇ ਸਰਕਾਰ ਨੇ ਕਿਹਾ ਸੀਗਾ ਮਾਸਕ, ਸੋਸ਼ਲ ਡਿਸਟੈਂਸ ਅਤੇ ਸੈਨੇਟਾਈਜ਼ ਜੋ ਆਪਾਂ ਕਰਦੇ ਰਹੇ। ਹੁਣ ਕੋਵਿਡ ਦੀ ਇਹਨੂੰ ਵੈਕਸੀਨੇਸ਼ਨ ਆਈ ਹੈ, ਜਿਵੇਂ ਕਿ ਆਪਾਂ ਕਈ ਆਪਾਂ ਮੁਲਕਾਂ 'ਚ ਦੇਖਿਆ ਜਿੱਥੇ ਕੋਵਿਡ ਵੈਕਸੀਨੇਸ਼ਨ ਲੱਗੀ ਹੈ ਉੱਥੇ ਕੇਸਿਸ ਬਹੁਤ ਹੀ ਡਿਕਲਾਈਨ ਹੋਏ ਆ। ਅਤੇ ਇੱਥੇ ਵੀ ਸਾਰਿਆਂ ਨੂੰ ਅਸੀਂ ਆਹੀ ਅਪੀਲ ਕਰਦੇ ਹਾਂ, ਅੱਜ ਜਿਹੜੀ ਆ ਵੈਕਸੀਨੇਸ਼ਨ ਕੈਂਪ ਹੈ ਇਹ ਸੁਸਾਇਟੀ ਵੱਲੋਂ ਲੱਗਿਆ ਹੈਗਾ। ਮੈਂ ਬਹੁਤ ਧੰਨਵਾਦੀ ਹਾਂ ਕਿ ਦੇਖੋ ਇਹ ਭਲੇ ਦਾ ਕੰਮ ਹੈ, ਇਹ ਵੈਲਫੇਅਰ ਦਾ ਕੰਮ ਹੈ। ਅਤੇ ਇੱਥੇ ਜਿਹੜੇ ਵੀ ਸੁਸਾਇਟੀ ਸਾਰੇ ਜਿਹੜੇ ਮਤਲਬ ਕਿ ਰੈਜ਼ੀਡੈਂਟ ਰਹਿ ਰਹੇ ਆ, ਮੈਂ ਸਾਰੇ ਨੂੰ ਅਪੀਲ ਕਰਦਾ ਕਿ ਜਿਹੜੇ ਓਵਰ ਯੂਨੋ 45 ਹੈਗੇ ਆ, ਜਿਵੇਂ ਸਾਰੇ ਇੱਥੇ ਮਾਵਾਂ ਉਹ ਆਉਣ, ਵੈਕਸੀਨੇਸ਼ਨ ਆਪਣੇ ਲਵਾਉਣ, ਤਾਂ ਕਿ ਅਸੀਂ ਜਿਹੜੀ ਇਹ ਚੇਨ ਹੈ ਅਸੀਂ ਇਹਨੂੰ ਬ੍ਰੇਕ ਕਰ ਪਾਈਏ। ਔਰ ਤੁਸੀਂ ਮੇਰੇ ਪਿੱਛੇ ਦੇਖੋ ਜਿਵੇਂ ਮਾਤਾਵਾਂ ਬੀਬੀਆਂ ਸਾਰੇ ਆਏ ਹੋਏ ਇਕੱਠੇ ਹੋ ਕੇ, ਸਾਰੇ ਪ੍ਰੋਪਰ ਆਪਣਾ ਪ੍ਰੋਟੋਕੋਲ ਫੋਲੋ ਕਰਕੇ, ਗਾਈਡਲਾਈਨਸ ਫੋਲੋ ਕਰਕੇ ਉਹ ਵੈਕਸੀਨੇਸ਼ਨ ਲਵਾ ਰਹੇ ਹਨ। ਇੱਦਾਂ ਹੀ ਮੇਰੀ ਸਾਰੇ ਨੂੰ ਅਪੀਲ ਹੈ ਕਿ ਦੇਖੋ ਜੇ ਆਪਾਂ ਵੈਕਸੀਨੇਸ਼ਨ ਲਵਾਵਾਂਗੇ, ਇਹੀ ਆਪਣੇ ਕੋਲ ਹੱਲ ਹੈ ਕਿ ਅਸੀਂ ਕਰੋਨਾ ਜਿਹੜੀ ਮਹਾਂਮਾਰੀ ਉਹਦੀ ਚੇਨ ਅਸੀਂ ਇਹਨੂੰ ਬ੍ਰੇਕ ਕਰ ਸਕਦੇ ਹਾਂ। ਅਤੇ ਮੈਂ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ, ਦੁਬਾਰਾ ਫਿਰ ਅਪੀਲ ਕਰੂੰਗਾ ਕਿ ਜੋ ਵੀ ਸਰਕਾਰ ਦੀ ਗਾਈਡਲਾਈਨਸ ਹੈ ਅਸੀਂ ਉਹਨੂੰ ਪ੍ਰੋਪਰਲੀ ਅਸੀਂ ਫੋਲੋਅਪ ਕਰੀਏ, ਮਾਸਕ ਹਮੇਸ਼ਾ ਅਸੀਂ ਆਪਣਾ ਲਗਾ ਕੇ ਰੱਖੀਏ, ਔਰ ਵੈਕਸੀਨੇਸ਼ਨ ਆਪਾਂ ਜ਼ਰੂਰ ਆਪਾਂ ਇਹਨੂੰ ਲਗਵਾਈਏ ਤਾਂ ਕਿ ਚੇਨ ਨੂੰ ਬ੍ਰੇਕ ਕਰ ਪਾਈਏ। ਪ੍ਰਦੀਪ ਯੋਗੀ ਹੈ ਜੀ, ਮੈਂ GK ਬਿਹਾਰ ਧਾਂਦਰਾ ਰੋਡ 'ਤੇ, ਅਸੀਂ ਅੱਜ ਕੈਂਪ ਲਗਾਇਆ ਹੋਇਆ ਵੈਕਸੀਨ ਦਾ, ਔਰ ਅਸੀਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹ ਰਹੇ ਹਾਂ ਕਿ ਜਿਹੜੇ ਲੋਕਾਂ ਦੇ ਹਜੇ ਤੱਕ ਵੈਕਸੀਨ ਦਾ ਜਿਹੜਾ ਇੰਜੈਕਸ਼ਨ ਹੈ ਨਹੀਂ ਲਗਵਾਇਆ, ਕਿ ਉਹ ਲੋਕ ਆ ਕੇ ਇੱਥੇ ਇੰਜੈਕਸ਼ਨ ਲਗਵਾਉਣ। ਅਤੇ ਕੁਛ ਲੋਕਾਂ ਦੇ ਮਨ 'ਚ ਜਿਹੜਾ ਡਰ ਚੱਲ ਰਿਹਾ ਇਸ ਪ੍ਰਤੀ, ਕੋਵਿਡ ਦੇ ਪ੍ਰਤੀ, ਉਹ ਐਸਾ ਕੁਛ ਹੈ ਨਹੀਂ ਹੈ, ਉਹ ਇੰਜੈਕਸ਼ਨ ਲਗਾਉਣ। ਇਹ ਜਿਹੜਾ ਸਾਡੇ ਲਈ ਬਹੁਤ ਸੇਫਟੀ ਦਾ ਇੱਕ ਪਾਰਟ ਹੈ, ਔਰ ਸਾਰਿਆਂ ਨੂੰ ਵੱਧ ਚੜ੍ਹ ਕੇ ਇਹਦੇ 'ਚ ਹਿੱਸਾ ਲੈਣਾ ਚਾਹੀਦਾ। ਸਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਅਸੀਂ ਇਹ ਕੈਂਪ ਲਾ ਰਹੇ ਹਾਂ ਇੱਥੇ, ਔਰ ਤਕਰੀਬਨ ਹੁਣ ਤੱਕ 150 ਦੇ ਕਰੀਬ ਲੋਕ ਜਿਹੜੇ ਇੰਜੈਕਸ਼ਨ ਲਗਵਾ ਚੁੱਕੇ ਆ, ਅਤੇ ਕੁਛ ਹੁਣ ਲੋਕ ਆਈ ਵੀ ਜਾ ਰਹੇ ਆ। ਮੈਨੂੰ ਆਸ ਹੈ ਕਿ ਸ਼ਾਮ ਤੱਕ 300 ਤੋਂ ਲੈ ਕੇ 350 ਤੱਕ ਲੋਕ ਇੰਜੈਕਸ਼ਨ ਲਗਵਾ ਜਾਣਗੇ। ਸੈਕਿੰਡ ਟਰਮ ਸਰ ਜਿਹੜਾ ਅਸੀਂ ਨਾਲੋਂ ਨਾਲ ਇਹਦਾ ਕੈਂਪ ਲਗਾ ਰਹੇ ਹਾਂ, ਅਤੇ ਲੋਕਾਂ ਅੱਗੇ ਅਸੀਂ ਇਹ ਵੀ ਅਪੀਲ ਕਰ ਰਹੇ ਹਾਂ ਕਿ ਜਿਹੜਾ ਲੋਕਾਂ ਦੇ ਸੈਕਿੰਡ ਟਰਮ ਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲੋਕ ਇਸ ਕੈਂਪ ਦੇ ਵਿੱਚ। Subscribe to our YouTube channel News DNN by clicking the bell icon. Don't forget to like, comment and share.